ਮੇਰਾ ਮਾਤ ਪਿਤਾ ਹਰ ਰਾਹ ਮੇਰਾ ਮਾਤ ਪਿਤਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਾ ਸੰਗਤ ਲੜੀਵਾਰ ਚੱਲ ਰਿਹਾ ਪ੍ਰੋਗਰਾਮ 1947 ਦਾ ਸੰਤਾਪ 1947 ਦੇ ਸੰਤਾਪ ਪ੍ਰੋਗਰਾਮ ਦੇ ਤਹਿਤ ਜਿਹੜੇ ਸਾਡੇ ਬਜ਼ੁਰਗ 1947 ਦੇ ਵਿੱਚ ਆਪਣੇ ਦਾਦੇ ਪਰਦਾਦੇ ਦੀ ਧਰਤੀ ਨੂੰ ਛੱਡ ਕੇ ਇੱਕ ਨਵੇਂ ਇਲਾਕੇ ਦੇ ਵਿੱਚ ਆਂਦੇ ਨੇ ਨਵੇਂਓਂ ਸਿਰਿਓਂ ਰਹਿਣ ਬਸੇਰਾ ਕਰਦੇ ਨੇ ਇਸ ਪੂਰੇ ਸੰਤਾਪ ਦੇ ਵਿੱਚ ਹਰ ਇੱਕ ਬਜ਼ੁਰਗ ਦੀ ਆਪੋ ਆਪਣੀ ਕਹਾਣੀ ਹੈ ਬੜੀ ਹੱਡ ਭੰਨੀ ਮਿਹਨਤ ਸਾਡੇਆਂ ਬਜ਼ੁਰਗਾਂ ਨੂੰ ਕਰਨੀ ਪਈ ਨਵੇਂਓਂ ਸਿਰਿਓਂ ਰਹਿਣ ਬਸੇਰੇ ਕਰਕੇ ਬੜੀ ਮਿਹਨਤ ਮਸ਼ਕੱਤ ਨਾਲ ਇਹਨਾਂ ਨੇ ਆਪਣਾ ਘਰ-ਬਾਰ ਬਣਾਇਆ ਬੱਚਿਆਂ ਦਾ ਪਾਲਣ ਪੋਸ਼ਣ ਕੀਤਾ ਅੱਜ ਸਤਿਗੁਰੂ ਦੀ ਕਿਰਪਾ ਦਾ ਸਦਕਾ 74 ਸਾਲ ਬੀਤ ਜਾਣ ਤੋਂ ਬਾਅਦ ਬੇਸ਼ੱਕ ਆਪਣੇ ਘਰ-ਬਾਰ ਬਹੁਤ ਬਧੀਆ ਲਿਸ਼ਾਨ ਬਣਾ ਲਏ ਨੇ ਪਰ ਅੱਜ ਵੀ ਕਿਤੇ ਨਾ ਕਿਤੇ ਨਾ ਬਜ਼ੁਰਗਾਂ ਦੇ ਕੋਲ ਬੈਠੋ ਉਹ ਪੁਰਾਤਨ ਯਾਦਾਂ ਜਿਹੜੀਆਂ ਨੇ ਅੱਜ ਵੀ ਇਹਨਾਂ ਦੇ ਹਿਰਦੇ ਦੇ ਵਿੱਚ ਨੇ ਸੋ ਹਰ ਇੱਕ ਬਜ਼ੁਰਗ ਦੀ ਆਪੋ ਆਪਣੀ ਕਹਾਣੀ ਆਪ ਜੀ ਦੇ ਸੰਮੁਖ ਲਿਆਉਣ ਵਾਸਤੇ ਸਾਡਾ ਇਹ ਪ੍ਰੋਗਰਾਮ 1947 ਦਾ ਸੰਤਾਪ ਇਸ ਚੈਨਲ ਦੇ ਮਾਧਿਅਮ ਦੁਆਰਾ ਆਪ ਜੀ ਦੇਖਦੇ ਹੋ ਅੱਜ ਅਸੀਂ ਪਹੁੰਚਿਆ ਵਿਕਰਮਨਗਰ ਦੇ ਵਿੱਚ ਜਿੱਥੇ 1947 ਦੇ ਸੰਤਾਪ ਦੇ ਹਟਾਏ ਬਜ਼ੁਰਗ ਮਾਤਾ ਜੀ ਸਾਡੇ ਪਾਸ ਮੌਜੂਦ ਨੇ ਆਓ ਮਾਤਾ ਜੀ ਨਾਲ ਵਿਚਾਰ ਕਰਦੇ ਹਾਂ 1947 ਦਾ ਸੰਤਾਪ ਔਰ ਇਸ ਪੂਰੀ ਕਹਾਣੀ ਦੀ ਜਿਹੜੀ ਹੈ ਇਹ ਦੇvare ਮਤਲਬ ਦਿਨ ਵਿਚਾਰ ਕਰਦੇ ਆਂ ਜੀ ਹਾਂ ਜੀ ਮਾਂ ਜੀ ਕਿ ਹਾਲ ਆ ਠੀਕ ਠਾਕ ਦਿਆ ਠੀਕ ਠਾਕ ਜੀ ਔਰ ਸੁਨਾਹ ਸੇ ਠੀਕ ਦਿਆ ਠੀਕ ਠਾਕ ਅੱਛਾ ਪਹਿਲੇ ਮੈਂ ਕੱਤ ਤੁਹਾਨੂੰ ਦੱਸਾ ਸੇਟ ਆਣੇ ਸੇ ਕੋਈ ਬੀਪੀ ਬੋਪੀ ਨਾ ਅਟੈਕ ਹੋਇਆ ਨਾ ਹਾਂ ਹਾਂ ਹੂੰ ਠੀਕ ਦਿਆ ਜੀ ਜਰਾ ਥਿੱਸੇਤੀ ਬੋਲਨੀ ਜੁਬਾਨ ਸਤਲਾਨੀ ਹਾਂ ਪਹਿਲੇ ਨਹੀਂ ਸਤਲਾਨੀ ਨਾ ਉਮਰ ਕਿਨੇ ਦੀ ਆ ਜਦੋਂ ਕਰ ਮੈਂ ਹਿਸਾਬ ਲਾਣਾ ਸੁਨਾਹ ਜਦੋਂ ਕਰ ਰਾਇਸ਼ਾ ਦੇ ਅੰਛ ਬੜੇ ਸਿਆ ਅੰਕੀ ਸਾਹਿਬ ਉਹ 10 ਸਾਲ ਦੇ ਸਾਲ ਨਹੀਂ ਸੀ ਸੋ ਹੈ ਚੰਗੀ ਬਾਲਤੀ ਸੁਸੇ ਲੈ ਮੈਂ ਆਪਰਾ ਚੁਕਿਆ ਹਾਂ ਸਾ ਚੁਕਿਆ ਹਾਂ ਸਾ ਇਹਨਾਂ ਮਾਪੇ 10 ਸਾਲ ਦੇ ਕੋਲ ਜਿਆਦਾ ਸੀ ਆ ਜਿਆਦਾ 10 ਸਾਲੇ ਕੋ ਚੁਕੀ ਹੈ ਨਾ ਜੀ ਜਿਆਦਾ ਹੋਰ ਪਾਣੀ ਲੱਗ ਘਰ ਸੁਣਾ ਉਸਾਮ ਮੈਂ ਜਾਣੀ ਬੈਠੀ ਸੀ ਅੱਛਾ ਜਾਣੀ ਸੀ ਤੇ ਚੁਕਿਆ ਦਾ ਪਰੋਂ ਨਾ ਸਾ ਹਾਂ ਕੋਈ ਨਹੀਂ ਕੋਈ ਨਹੀਂ ਜੀ ਮਾਂਜੀ ਹੋਨੇ ਕਾ ਮੈਂ ਮਾਂ ਆ ਮੈਂ ਮਾ ਮਾਹੀ ਮਾਸੀ ਨਾ ਜੇਨੀ ਮਾ ਉਹ ਕਰਨ ਸੀ ਹਾਂ ਲਈ ਆ ਬੱਚਾ ਤੂੰ ਹਸਰ ਜੀ 70 ਸਾਲ ਮਾ ਬਿਆਹ ਹੋਇਆ ਸੀ 70 ਨਾ ਹਾਂ ਹਾਂ 70 ਸਾਲ ਲੈ ਨਾ ਓਹ ਹੋ ਹੋ ਫਿਰ ਤੂੰ ਚੁੱਕੀ ਆਂਦਾ ਸੀ ਪਰ ਆ ਚਾ ਪਹਿਲੇ ਹੋਣਾ ਸਹੀ ਦਾ ਤੂੰ ਇਹ ਕੋਰ ਦੱਸਣਾ ਸਮੇ ਹਾਂ ਤੇ ਤੁਸੀਂ ਨੇ ਪਰੇ ਥਿਆ ਨਾ ਅਕਲ ਅਕ ਪੈਣਾ ਯਾ ਜਿਹੜਾ ਚੱਠੇ ਨਾਲ ਪੈਣਾ ਹੈ ਅੰਦਰਲੇ ਪਾਸੇ ਅੱਖੇ ਨਾਲ ਆਹੋ ਹਾਂ ਉ ਤਮੇ ਕਰਿਆ ਐਸਾ ਕੁਟੜੀ ਨਾ ਕੋਟੜਾ ਇੱਕ ਕੋਟੜਾ 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 ਨੇ ਕੋਟੜਾ ਖਾਸ ਕੋਟੜਾ ਕੋਟੜੀ ਇਹ ਕੋਟੜੀ ਹੀ ਕੋਟੜੀ ਤੁਗਲਾਂ ਨਾ ਕੋਟੜਾ ਸਾਰਾ ਕੋਟੜਾ ਕੋਟੜਾ ਦਾ ਉੱਤੇ ਨੇ ਮੈਂ ਕਰਿਆ ਫਤਿਹ ਸਿੰਘ ਹੁਣ ਸੇ ਫਤਿਹ ਸਿੰਘ ਜਿਨ੍ਹਾਂ ਨੇ ਪਿਤਾ ਜੀ ਦਾ ਨਾਮ ਸਾ ਖੁਸ਼ੀ RAM ਨਾ ਪੰਡਤ ਖੁਸ਼ੀ RAM ਉਹਨਾਂ ਨੇ ਮੈਂ ਕਰਿਆ ਇਸ ਨੇ ਇੱਕ ਨਾ ਇੰਟਰਵਿਊ ਹਾਂ ਉਹਨਾਂ ਨੂੰ ਪੁੱਛਿਆ ਇਹ ਜੀ ਮਾਡੇ 4 ਸਾਲਾਂ ਦਾ ਵਿਆਹ ਹੈ ਸਾ ਤੁਹਾਡਾ 7 ਸਾਲਾਂ ਦਾ ਸੋਹਣੇ ਨਾਲ 4 ਸਾਲਾਂ ਦਾ ਹੋਇਆ ਸਾ ਆਹ ਉਹ ਨੀਕ ਨੀਕੇ ਬਿਆਹ ਹੁੰਦਾ ਆਹ ਸੰਤਿਮਾ ਸੀ ਹਾਂ ਆਹ ਆ ਸੀ ਤਾਂ ਗ੍ਰੈਂਡ ਕੋਜ ਅਗਰ 4 ਕੰਪਸਰ ਨਾਲ ਹੀ ਆ ਰਿਹਾ ਆਹ ਆ ਉਹ ਉਹਨੇ ਚਾਰ ਸਾਲ ਹੁਣ ਆਏ ਨੇ ਆ ਸੱਤ ਕੁੜੀਆਂ ਇੱਕ ਮੁੰਡਾ ਨਹੀਂ ਉਹਨੇ ਨਾ ਮਤ ਚਾਰ ਸਾਲੇ ਨਾ ਆਏ ਨੇ ਸਾਹ ਉਹਨੇ ਨਾ ਮਾਰ ਸਾਹ 7 ਸਾਲਾਂ ਨਾ ਆਸ ਚਲੋ ਮਾਤਾ ਜੀ ਮਾਰਨੇ ਗੱਪਸ਼ਾ ਪਹਿਲੇ ਮੈਂ ਦੱਸਾਂ ਸਾਰਾ ਨਾਂ ਕਹਦਾ ਮਾਰਨਾ ਭਜਨਪੁਰ ਭਜਨਪੁਰ ਹਾਂ ਹਾਂ ਅੱਛਾ ਪਹਿਲੇ ਪੇਕਿਆਂ ਨਾਲ ਸ਼ੁਰੂ ਕਰ ਰਹੇ ਹਾਂ ਤੁਹਾਡੇ ਪਾਪਾ ਜੀ ਨੇ ਕਹਣਾ ਸਾਹ ਮਾਰਦੇ ਪਾਪੇ ਜੀ ਦਾ ਨਾਂ ਸਾਹ ਵਿਆਲ ਸਿੰਘ ਵਿਆਲ ਸਿੰਘ ਹਾਂ ਹਾਂ ਦਾਦੇ ਨਾ ਦਾਦਾ ਨਰਿੰਦਰ ਸਿੰਘ ਦਾਦ ਜਾਨ ਨਹੀਂ ਦੇਰਨ ਸਿੰਘ ਸ੍ਰੀ ਮੋਤੀ ਸਿੰਘ ਤੰਦੂਰ ਦੇ ਪਤਨ ਮੋਤੀਤਾ ਪੁੱਢੀ ਅੱਛਾ ਦੋ ਤਾਂ ਦਾਵੇ ਸੇ ਤਾਂ ਇਸੇ ਨਾਲੇ ਸਾਲੇ ਨਾ ਮਾੜਾ ਪਿਓ ਨਾ ਅੱਛਾ ਤਾਂ ਗੱਲ ਸੁਣਾ ਉਹ ਪਿੱਛੇ ਕਿਹੜਾ ਕਿਹੜਾ ਸਾਰਾ ਪਿੰਡ ਕਿਹੜਾ ਸਾਂ ਪੇਗੀਆ ਪਿੰਡ ਕਿਹੜਾ ਸਾਇਆ ਕਿ ਉਹ ਕਿ ਮੈਂ ਆਣੀ ਕੋਟੜਾ ਤੂੰ ਕੋਟੜਾ ਨਹੀਂ ਸੀ ਹਾਂ ਕੋਟੜਾ ਤੇ ਦਿਨ ਮੈਂ ਪੈਲ ਚੁਸ ਪੈਲ ਹਾਂ ਅੱਛਾ ਗੱਲ ਸੁਣਾ ਪੈਲ ਬਖਰਾ ਸਾਂ ਤਾਂ 45 ਬਖਰਾ ਸਾਂ ਆਹੋ 45 ਸਾਂ ਪਾਰ ਸੀ ਅਸਾ ਅਦੇ ਪਾਰਸ ਜੇ ਤਰਲ ਸੀ ਪੁਨੇ ਵਾਲੀ ਉਹ ਸੀ ਕਿੰਨੇ ਮਹਾਦਿਕਮ ਸਿੰਘ ਸੇ ਆਪਣਿਆਲੀ ਨੇ ਸੇ ਆ ਉਹ 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 ਪਹਿਲਾਂ ਨੇ ਸੇ ਆਕਮ ਸਿੰਘ ਪਹਿਲਾਂ ਨੇ ਸੇ ਉਹ ਜਿਹੜੇ ਮਿਸ਼ਰਾ ਸਿੰਘ ਉਹਦੇ ਡੇਰੇ ਚ ਬਾਅਦ ਕਿਛੀ ਦੋਤਾ ਹੈ ਅਮਰਸਾਰੇ ਮਿਸ਼ਰਾ ਸਿੰਘ ਉਹ ਡੇਰੇ ਚ ਕੰਮ ਕਰਦਾ ਸੀ ਉਹ ਬੰਨ ਪਸਾਰੀ ਬੰਨੀ ਪਸਾਰੀ ਸੀ ਉਹ ਬੰਨੀ ਪਸਾਰੀ ਸੀ ਉਹ ਬੰਨੀ ਪਸਾਰੀ ਜਵਾਰ ਸਿੰਘ ਉਹ ਸਕੇਪਰਾ ਸੀ ਜਵਾਰ ਸਿੰਘ ਦਾ ਉਹ ਜਿਹੜੇ ਬੰਨੀ ਪਸਾਰੀ ਇਹ ਸਕੇਪਰਾ ਉਹ ਬੰਨੀ ਪਸਾਰੀ ਸੀ ਜਵਾਰ ਸਿੰਘ ਇਦਸਾ ਬਗਨ ਆ ਗਿਆ ਹੋਰ ਕਿਹੜਾ ਕਿਹੜਾ ਪਿੰਡ ਸਾਹਿਬ ਤੁਹਾਡੇ ਉੱਥੇ ਤੁਹਾਡੇ ਕੋਟੜੇ ਨੇ ਕਿਹੜਾ ਕਿਹੜਾ ਮੱਲਾ ਕਿਹੜਾ ਕਿਹੜਾ ਸੋਹ ਮਾੜਾ ਸਾ ਮਸਮਾਨ ਸੇ ਨਹੀਂ ਮੱਲੇ ਕਿਹੜੇ ਕਿਹੜੇ ਸਿਆਹੋ ਗਿਣਾ ਨਾ ਸਾਰੇ ਕਿਹੜਾ ਕਿਹੜਾ ਪਿੰਡ ਸਾਹਿਬ ਪਿੰਡ ਸਾਹਿਬ ਦੇਖ ਕੇ ਸਾਰੇ ਕੋਟੜੇ ਨੇ ਆਪਣੇ ਵਾਸਤੇ ਮਸਮਾਨ ਉਹਨਾਂ ਕਹਨਾ ਸਾ ਪਿੰਡਨ ਹੁਣ ਪਿੰਡ 30 ਜੇਸਾ ਨਾ ਕੋਟੜਾ ਸਾ ਨਾ ਅੱਛਾ ਕੋਟੜੇ ਚੀਜ਼ ਸੀ ਜੋ ਲੰਮਰਦਾਰਨ ਜੋ ਡੌਂਡ ਕੇ ਕੇ ਆਹ ਹੈ ਸੋ ਮੈਂ ਜਮਾਲਦੀਨ ਮੁਸਮਾਨ ਸਰ ਰੰਬਰਦਾਰ ਸਰ ਤੇ ਇੱਕ ਸੀ ਸਰ ਬਿਲਕੁਲ ਨਾਲ ਜਿਸੀ ਜੀਵ ਨਾਲ ਸੀ ਮੁਸਮਾਨ ਸਰ ਅ ਮੁਸਮਾਨ ਸਰ ਕੇ ਨਾਲ ਸਰ ਉਹਨਾਂ ਨਾਲ ਤੇ ਉਸਨੇ ਬੋਟਿਆਂ ਨਾਲ ਸਰ ਚੱਕਰ 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 ਤੇ ਇੱਕ ਸੀ ਸਰ ਬੁੱਲੇ ਪਾਸ ਹੈ ਤੇ ਉਹਨਾਂ ਨਾਲ ਸਰ ਮਾਨਵਾਨ ਤੇ ਚੱਕਰ ਉਹ ਜਿਹੜਾ ਨਹੀਂ ਖਾਂਦੇ ਉਸੇ ਅੱਛਾ ਹਾਂ ਤੇ ਉਹ 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 ਤੁਹਾਡੀ ਕੋਈ ਸੇਲੀ ਸੂਲ ਥਈ ਸੀ ਮੁਸਲਮਾਨੀ ਨਾ ਜੀ ਉਹ ਆ ਬਹੁਤ ਚੜ੍ਹਤੀ ਸੀ ਸੇਲੀ ਸੂਲ ਉਸਾਂ ਨਹੀਂ ਬਣੀ ਉਸ ਆਪਣੀ ਸਰਦਾਰ ਨਹੀਂ ਬਣਾਈ ਹੋਸੀ ਕੋਈ ਨਾ ਨਾ ਕੁਛ ਕਰਨੇ ਖੇਣੇ ਗੁਣੇ ਕੁਛ ਕਰਨੇ ਇੱਕ ਇੱਕ ਮੁਸਮਾਨੇ ਮਾਰੇ ਤਾਈ ਮੁਸਮਾਨੀ ਬਣੀ ਐਸੀ ਤਾਈ ਆ ਤਾਈ ਪਹਿਲਾ ਪਹਿਲੇ ਜਬ ਬਾਤ 47 ਤੋਂ ਬਾਅਦ ਨਾ 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 44 ਆਹ ਹਾਂ ਤੇ ਉਹ ਮਾਰੇ ਤਾਈ ਫੇ ਉਹ ਸੁਨੱਕਾ ਪੀ ਰਿਹਾ ਥਾ ਪਰ ਜੇ ਨਾ ਤੇ ਮੁਸਲਮਾਨੀ ਕਿ ਬਣੀ ਨੋ ਨੋ ਉਹ ਫਿਰ ਆ ਮਸਲਨ ਕੀ ਬਣੀਆ ਧਗਾ ਚਾ ਮਾ ਚੋਦੀ ਬਣੀ ਉਹ ਰੇਗਾ ਚ ਉਹ ਰੂਗਾ ਚ ਅੱਛਾ ਤਾਂ ਉਸ ਨੂੰ ਇੱਕ ਤਾਂ ਮਸਮਾਨ ਉਫਰਾ ਉਹ ਮਦਿਆ ਤਾਂ ਉਸਕੇ ਬਰ ਦੁਖ ਦਿਨ ਸੇ ਤਾਂ ਉਹ ਹਰ ਮੁੜਿਆ ਉਸਨ ਪਰ ਹੱਸੇ ਮਲਤਨ ਪਤੁਰ ਤਾਂ ਉਹ ਉਹ ਉੱਥੇ ਆਣੀ ਬੈਠੀ ਸੀ ਉਹ ਹਮਾਰੇ ਪਰੇ ਫਲ ਕਰੀ ਅੰਬ ਸਰ ਉਹ ਜੱਟ ਨੀ ਸਾ ਪੰਜਾਬ ਚ ਬੈਹੀ ਉਹਨਾਂ ਥਿਆ ਦੇ ਕੋਤੀ ਪੁੱਤਰ ਥਿਆ ਸੂਨ ਉਸਨੇ ਬੱਟੇ ਤੇ ਬਾਅ ਬਗਾਲਾ ਦੇ ਉਹ ਦੇ ਬਲੇ ਮੈਂ ਦੀ ਗੱਤ ਜਪਾਂ ਦੀ ਆ ਚੱਲੀਏ ਮਾਰੇ ਘਰ ਤੇ ਮਾਰੇ ਸੇ ਤਾਂ ਜੇਣਨ ਸਾ ਉਸਰਾ ਫਿਰ ਮਾਰੇ ਸੇ ਤਾਂ ਮੁਕਲੀ ਆ ਨਹੀਂ ਦੁਰਨੇ ਮਦਰਾ ਨਹੀਂ ਗਿਆ ਫਿਰ ਨਾ ਬਿਲੇ ਵੀ ਨਹੀਂ ਲਉ ਦਵਾਰਾ ਨਾ ਨਾ ਅਸੀਂ ਆਸੇ ਮੇ ਕਿ ਮੇਰੀ ਬੜੀ ਉਹ ਕਰਨੀ ਆਂ ਸੇ ਬਲੇ ਮੈਂ ਦੀ ਗੱਤ ਸੀ ਦੁਰਾ ਪਾਣਾ ਮਾਰੇ ਘਰ ਹਾਂ ਉਹ ਭਰਾ ਸਿੱਪਾ ਨਹੀਂ ਮਨਾਈ ਛੋਟੀ ਸੀ اچھا ਮੂੜੀ ਬਣਾਈ ਥੋੜੀ ਕੀ ਬਾਤ ਹੈ ఎవਰੀਬਡੀ ਬਡੀ ਗਲਤੀ ਚਲੋ ਜੀ ਗਲਤੀ ਕਰੀਏ ਲੇਕਿਨ ਤੁਸੀਂ ਮੂੜੀ ਸਾਂਭੀ ਹੋਰ ਕਮ ਆ اچھا ਗੱਲ ਸੁਣਾ ਮਾਤਾ ਉੱਤ ਨਾਲ ਸੜੇ ਹੋਰ ਕਿ ਤੋਹੇ ਘਰ ਗਵੰਡ ਅੱਗੇ ਪਿੱਛੇ ਕੁਛ ਕੁਛ ਨਾ ਕਰਸਾ ਕੋਟੜਾ ਮਾ ਮਾਂ ਸਾਰੇ ਤੇ ਜਵਾਨ ਜਵਾਨਾ ਮਾ ਆਇਆ ਚਾ ਲਛਮਾ ਚਾ ਰੋਜ਼ੀ ਮਾ ਜਾਨੀ ਮਾ ਜਗਸੀ ਮਾ ਅਸਾ ਮੜੀ ਭੈਣ ਸੀ ਨਾਰਨੀ ਹਾਂ ਗੁਰ ਉਹ ਨਾ ਨੰਬਰ ਦੇ ਪਾਰ ਹੀ ਸੇ ਇੱਕ ਹੈ ਹਰਨਾਮ ਸਿੰਘ ਉਸਨ ਪੁੱਤਰ ਸੇ ਮਰੇ تین ਮਾਏ ਸੇ ਪੁੱਤਰ ਪੁੱਤਰ ਗੁਰਦੁਆਰਾ ਤੇ ਆਸਾ ਤੁਸੇ ਮਨਾ ਨਾ ਹਾਂ ਹਾਂ ਕੋਟੇ ਦਾ ਮਰਾਨ ਸਾਂ ਗੁਰਦੁਣਾ ਉਹ ਤਾਂ ਬਲਵਠੀ ਗਏ ਨੇ ਸਿਆ ਹਾਂ ਆਹੋ ਮਾਤਰੀ ਦੇ ਗਏ ਨੇ ਸਿਆ ਰੋਜੀ ਉਹ ਗਾ ਕੰਮ ਨੂੰ ਸਜਾਇਆ ਅਸੂਲ ਨੰਨ ਸਦਾ ਕਾ ਅਸੂਲ ਫਿਰ ਤੋਂ ਕਾ ਵੀ ਕਪਣਾ ਨੂੰ ਸਾਇ ਇੱਕ ਥੋੜੀ ਸੀ ਘਾੜੀ ਰਚਨੀ ਕਾ ਕਪਣਾ ਬਗੈ ਲਾ ਨਾ ਆਉ ਤੂੰ ਉਸ ਕਪਣੇ ਸਿਆ ਜਨਾਨੀ ਕਪਣੇ ਹੁੰਨ ਇਸ ਮਰ ਪੇ ਮਰਿਆ ਸਾ ਹਰ ਕੁੰਨ ਕਪਣ ਸਾਂ ਅੱਛਾ ਪਾਪੇ ਨਿਕਿਓ ਨੇ ਮੋ ਤੋ ਇਹ ਸੀ ਤੂੰ ਸਨੇ ਕਿਸੇ ਉਹ ਦੂ ਹਾਂ ਰੋ ਕੀ ਸੀ ਮਾਰ ਦਿਆ ਐਨੇ ਸਵੇ ਨਾ ਅੱਛਾ ਅੱਛਾ ਤਾ ਤੂੰ ਸਨੇ ਕਿਸੇ ਕਾ ਐਸਾ ਕੋਈ ਨਿਕਿਆ ਐਸਾ ਉਹ ਮਾ ਤੇ ਬਸ ਬਸ ਇਸ ਵੇਲੇ ਬਸ ਮਾ ਜਮਾਨਾ ਨਾ ਗਾਂ ਚਿਪਿਓ ਕੇ ਮਾ ਪ੍ਰਾਏ ਕਪੜਾ ਸਾਂ ਦੋ ਪਾਲਨੀ ਸੀ ਤਰਾ ਇੱਕ ਮਾ ਤੇ ਪਾ ਗਿਆ ਪੈਂਤੀ ਤੇ ਆ ਮਾ ਮਾ ਮਰ ਪਿਓ ਕੇ ਜੀ ਮਰ ਰਾਤ ਪਾਲਾ ਨਹੀਂ ਗੱਡਾ ਨੇ ਸੱਚੇ ਸੱਚੇ ਬਸ ਮੈਨੂੰ ਨਿਓ ਜਾਂ ਮੈਨੂੰ ਨਿਓ ਜਾਂ ਉਸ ਰਾਏ ਕੇ ਉਸ ਸਾਹ ਬਾਰਸੀ ਗਾ ਮਾਰੀ ਮਹਰਾ ਪਿਓ ਸੀ ਸੀ ਬਾਇ ਰੱਖਣ ਸਾ ਦਵਾਈ ਆ ਦਵਾਈ ਆ ਜਿਹੜਾ ਨਿਚਰ ਮੈਨ ਮਾਰਾ ਤੇ ਤੂੰ ਆ 8 ਵਜ ਜਾ ਚਾਹ ਸ਼ਾਨੀ ਸੀ ਪੀਣੇ ਤੇ ਇਸਦਾ ਹੱਥ ਜਾਂ ਬहोत ਰਾਤੀ ਮਾ ਮਾਉ ਕੇ ਬੋਲਾ ਉਹ ਮਲੇ ਪ੍ਰਾਵੀ ਜ ਮਾ ਮਾਈ ਗੇਨਸ ਆਸੋ ਬੋਲੇ ਬਸ ਦੋ ਤਿੰਨ ਨਹੀਂ ਮਰ ਉਹਨੇ ਚਾਹ ਕੇ ਖਤਮ ਹੋਇਆ ਉਹ ਫਿਰ ਤੂੰ ਸਿਰਫ ਕਰਨ ਕੰਮ ਆਪੀ ਕਰਨਾ ਹਾਂ ਅਜਿਹਾ ਤੂੰ ਉਸ ਬੜੇ ਸਿਆ ਜਾ ਬੜਾ ਸਾ ਨਾ ਪਾਸਾ ਨਹੀਂ ਕਰ ਨਿਕਸਦਾ ਬਹੁਤ ਤੰਦਸੇ ਟੱਕੀ ਆਦਾ ਤੁਸ ਇਥੇ ਤੂੰ ਪਹਿਨੇ ਆ ਤੁਸ ਦੋਹਾਂ ਚ ਤੁਸ ਬੜੇ ਦੇ ਆ ਨਾ 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 ਮਲੀ ਬੰਨੇ ਬੰਬੇ ਸੀ ਅੱਛਾ ਮਲੀ ਇੱਕ ਦੂਜੀ ਰਾਨੀ ਬਾਗ ਉਹ ਮਲੀ ਅੱਛਾ ਅੱਛਾ ਰਾਨੀ ਬਾਗ ਡੀਐਸਪੀ ਮਿੰਦਰ ਰੋਣੀ ਆ ਇੰਦਰਵੀਰ ਜੀ ਆਹੋ ਪੰਜ ਦਿਨ ਅੱਛਾ 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 ਉਹਨੇ ਮਮਤਾ ਜੀ ਜਿਹੜਾ ਮੈਂ ਸਮਝੀ ਆਸ

ਬਲ ਬੱਚਾ ਨਾਲ ਵੀ ਪੜੇ ਨਾ ਤਾਂ ਤਾਂ ਕਿ ਸਬਟਵਾਰੀ ਲਗੀ ਜਾਣਾ ਸੌ ਉਦੋਂ ਪੜੀਦਾ ਹੈ ਹੈ ਕੀ ਰਹੀ ਹੈ ਕੀ ਨਹੀਂ ਕਿਰਸਿਕ ਹੋਣਾ ਆ ਚਲੋ ਠਿਆ ਪਰੋਂ ਤੂੰ ਜਨ ਪਛਤਾਣਿਆ ਵਾ ਦੇਖਾਇਆ ਕਿ ਆਈਕਲ ਨੇ ਵਾਕਿਆ ਬੜੀ ਵੱਡੀ ਗੱਲ ਹੈ ਯਾਰ ਹੈ ਤੁਸੀਂ ਕਬ ਸੋਲ ਪੜ ਬੜੀ ਗੱਲ ਜੀ ਹੋਰ ਕਿਹਾ ਆਈ ਆਈ ਕੋ ਨਹੀਂ ਆਣਾ ਤੂੰ ਪਾਲੀ ਚ ਨਹੀਂ ਪਾਲੀ ਚ ਚਲੋ ਅੱਛਾ ਇਹ ਨਵ ਸਕੂਲ ਨੇ ਸਵਰਨੇ ਸੱਤ ਅੱਛਾ ਪੰਜਾਬੀ ਪੰਜਾਬੀ ਨਹੀਂ ਬੜੀ ਗੁਰਦੁਆਰੇ ਦੀ ਨਾ ਨਾ ਆਖਨੇ ਪੜੇ ਨਾ ਮੈਂ ਬੁਸਰਾ ਮਾ ਰੋਨੀ ਜੀ ਮਾਏ ਤੂੰ ਰੋਈ ਜਾ ਨਾ ਆਈ ਕਰਨ ਤੋਂ ਉਹ ਨਹੀਂ ਹੋ ਮਾਏ ਤੂੰ ਨਾ ਰੋਈ ਜਾ ਤੂੰ ਕਿੰਨਾ ਮੰਗ ਨਾ ਤੂੰ ਮਾਏ ਨਾ ਰੋਈ ਜਾ ਮਾ ਮਾਵਾ ਬਰ ਬੱਚੇ ਦੇ ਨਿੱਕੇ ਨਿੱਕੇ ਕੁਈਆਂ ਸਾਮਸਾਂ ਕੁਈਆਂ ਪਾਲਸਾਂ ਗਰੀਬੀ ਵੀ ਸੀ ਕਰ ਤੇ ਫਿਰ ਮਾਕ ਮਾਰਾ ਮਾਵਾ ਕਾਲਿਆਲਾ ਕਾਲਲਾ ਨੇ ਜੋੜੀ ਦਾ ਨਹੀਂ ਆਉਂਦਾ ਅੱਜ ਮਾਕਰਦੀਨ ਸਾਹ ਕਹਨਾ ਸੁੱਕ ਕਹਨਾ ਸਮਾਵੇਂ ਨਾ ਮਾਨ ਸਿੰਘ ਮਾਨ ਸਿੰਘ ਕੀ ਬਾਤ ਆ ਉਹ ਵੀ ਖਿਚਸੀ ਉਹਦੂ ਇੱਕ ਮਾੜੇ ਪਾਂਚੀ ਮਾੜੇ ਮਾ ਮਾੜੇ ਮਾਏ ਸੱਤ ਮਾ ਸੱਤ ਮਾਏ ਸੇ ਮਾੜੇ ਮਾ ਮਾਏ ਕੈਸੀ ਸੱਤ ਹਾਂ ਸੱਤ ਟੈਂਪਰੇਚਰ ਨਹੀਂ ਕੈ ਪੈਂਸੀ ਆਹਰੋ ਖਿਚ ਵੀ ਥਈ ਸੀ ਨਾ ਵੀ ਥਈ ਸੀ ਉਹ ਵੀ ਖਿਚ ਕਰਨ ਸੇ ਅੱਛਾ ਤਾਂ ਜਿਮੀ ਜੂਮੀ ਕੰਨੀ ਕੀ ਸੀ ਆ ਜਿਮ ਬੇਵਾ ਆਇ ਕਟ ਹੋ ਰਣ ਸਿਆ ਮਕਰ ਬਾਕੀ ਹਾਂ ਬਸ ਬੈਠੀ ਬੈਠੀ अच्छा वो लकरैल कौन हां वो एक डोगरे खद चुकी है नहीं सी हां और कहती है त माल देख रखेन से आओ गांव चंदू आओ जैसे आस आया होता आज ने केर गए रों ने 700 आई 700 तक ना लाएंगे ओहो और डंगरे के खिच बनी है नहीं ना अच्छा कल सुना हां त तुम्हारा ब्याह जदों उत्ता करेच होया ना हां करेच ਸਤ ਸਤਿ ਸਾਨ ਉਹ ਮਤਲਬ ਜੇ ਤੁਹਾਡੇ ਪਾਪਾ ਹੀ ਨਹੀਂ ਡੈਥ ਹੋਈ ਤਾਂ ਉਸ ਤੋਂ ਬਾਅਦ ਹੁੰਨੇ ਬਾਅਦ ਵੀ ਆਹ ਬਾਅਦ ਤਾਂ ਇਹਦੇ ਪਾਪਾ ਫਰ ਪੁੱਤਰੇ ਨੇ ਸਰਦਾਰ ਉਹ ਸਾਡੇ ਇਹਨੇ ਦਾ ਕਿਹੜਾ ਪਿੰਡ ਸਾ ਮ ਟਹਰ ਨਹੀਂ ਜਪੈਲ ਪੈਲ ਇਹ ਪਹਿਲੇ ਨਹੀਂ ਸੀ ਹਾਂ ਪੈਲ ਸੀ ਅੱਛਾ ਸੋਰੀ ਸਾਡੇ ਪੈਲ ਸੀ ਮਾਡੇ ਥੋੜਾ ਨਾਨ ਨਿਰੰਧ ਸਿੰਘ ਸਾਹ ਤਾਂ ਮਰੇ ਸਸਨ ਮਾ ਕੌਣ ਜੈ ਸਾ ਹਾਂ ਅੱਛਾ ਇਹ ਪਹਿਲੇ ਨਹੀਂ ਸੀ ਖਾਨੇਦਾਰ ਸੀ ਇਹਨੇ ਸੋਰਾ ਸਾ ਉੱਤਧਾਰਨਦਾਰ ਸੀ ਉਦੋਂ ਉਦੋਂ ਮਰੀਆ ਗਿਆ ਸੀ ਉਹਦੇ ਨੀ ਨੀ ਕੇ ਤੂੰ ਆਨੇ ਸੇ ਨਾ ਭਾਜੀ ਕੇ ਥਾਣੇਦਾਰ ਸੇ ਪਹਿਲੇ ਥਾਣੇਦਾਰ ਹੋਲੇ ਨਾ ਕਰ ਰਾਜੇ ਹਾਂ ਤਾਲ ਸੇ ਨਾ ਥਾਣੇਦਾਰ ਰਾਜੇ ਨੀ ਹਾਂ ਇਹਨਾਂ ਮਾਲ ਤੂੰਸ ਕੰਟੀ ਉਹਨਾਂ ਨਾਲ ਗੱਪਾ ਗੁਪਾ ਮਾਰਨੇ ਹੁੰਨੇ ਆ ਹੈਨਾ ਕਿ ਕਿਹੜੇ ਆਪਣੀ ਬੇਟੀ ਆ ਕਿਨੇ ਆਹੋ ਅੱਛਾ ਤਈਆਂ ਨੇ ਇਹਨੇ ਤੁਸੇ ਨਾਲ ਨਾ ਥਾਣੇਦਾਰ ਸਿਓ ਨੋਲੇ ਗਿਆਨੀ ਜਿੰਸੀ ਸਿੰਘ ਤਾ ਅੱਛਾ ਗਿਆਨੀ ਜਿੰਸੀ ਸਿੰਘ ਜਿਹੜੇ ਨਾ ਆ ਨੌ ਸਿੰਘ ਮੇਰਾ ਨਹੀਂ ਆ ਨੌ ਸਿੰਘ ਗਿਆਨੀ ਜੀਵਨ ਸਿੰਘ ਕਿਹੜੇ ਆਤੇਲੇ ਆਹ ਬੁਰਾ ਹੈ ਲਈ ਆ আচ্ছা 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 ਠੀਕ ਜਦ ਰੇ ਉਹ ਤਾਂ ਨਸ ਜਿਹੜਾ ਮਰਨੈ ਪਾਈ ਆਹਾਂ ਯਾਨੀ ਪਾਈ ਮਨ ਸਾਹਿਬ ਜੀ ਨਾਲ ਸੇ ਮਾਪ ਜੀ ਮੇਰੇ ਨੇ ਮਾਵੇਂ ਨੇ ਪੁੱਤ ਸੀ ਅੱਛਾ ਤੇ ਜਦ ਰੇ ਅਸਾ ਉਹ ਮਲੇ ਪਿਉਣੇ ਸਕੇ ਮਾਵੇਂ ਨੇ ਪੁੱਤ ਥੇ ਨਾਰਨ ਸਿੰਘ ਨਾ ਆਰਣੇ ਪੀਣਾ ਉਹ ਪਾਈ ਸਾ ਉਹ ਪਾਈ ਸੀ ਉੱਤੇ ਰਵੀ ਸਿੰਘ ਮੋਲ ਸਿੰਘ ਤੇ ਉਹਨੇ ਬੁੱਧੂ ਦਿੱਲੀ ਮਰੀਏ ਉਹ ਤਾਂ ਬਰੇ ਬਰੇ ਹੋਈ ਆ ਅੱਛਾ ਮਾਤਾ ਕਲਸਨ ਜਦੋਂ ਤੁਸਾਂ ਦਾ ਵਿਆਹ ਹੋਇਆ ਤੁਸੇ ਪਤਾ ਸਾਂ ਮਾੜਾ ਵਿਆਹ ਹੋ ਲਗਾ ਨਾ ਕਿ ਜੀ ਆ ਕਿ ਐਵੇਂ ਮੈਂ ਮਾਉ ਕੋ ਲੈ ਰਹੀ ਸੀ ਮੈਂ ਮਾਉ ਕੋ ਲੈ ਰਹੀ ਸੀ ਲਾਵਾ ਲੂਵਾ ਕੁੱਥੇ ਹੋਈਆਂ ਫਿਰ ਗੁਰਦੁਆਰੇ ਦੇ ਉਹ ਗੁਰਦੁਆਰਾ ਚੈ ਪਰ ਉਹਨੇ ਤਾਲਾ ਮਾਰ ਛੋੜਿਆ ਬਲਾਦਰੀਆ ਸਾਰਾ ਨਹੀਂ ਆ ਕਿਉਂ ਫੇਚੋ ਕੀ ਤਾਰੇ ਰੱਖੀਏ ਚੋਕੀਦਾਰ ਨਹੀਂ ਤੇ ਤਾਲਾ ਖੋਲਾਈਦਾ ਮਾੜੀ ਲਾਉਂਦੀ ਆ ਏ ਜਾਨੀ ਜਰ ਰਸਾ ਨਾ ਉਹ ਜੌਰ ਦੱਸਾ ਉਹ ਨਗਰ ਘਰ ਦੇ ਸੀ ਆ ਨਾ ਇੰਨੀ ਬੱਚੀ ਇਹ ਦੇ ਇਹ ਕੋਈ ਕੋਈ ਗੇਲੀ ਆ ਮਰਤਾ ਨਾ ਪੁੱਤਰ ਸੇ ਨਾਲ ਲੈ ਹਾਂ ਹਾਂ ਨਹੀਂ ਬਰਾਤ ਆਈ ਚੰਗੀ ਵਜੀ ਸਜੀ ਜਾਂ ਇਹ ਸਭ ਆ ਮੋਏ ਕੋਰੇ ਆਈ ਵਾ ਮੋਏ ਕੋਰੇ ਹੋ ਤੂੰ ਉੱਥੇ ਗੱਡੀਆਂ ਕੋਸ ਕੋ ਲਸੀ ਘਾਰਾਂ ਉਹ ਤਾਂ ਟੱਬੇ ਭਾਰੀ ਉਹ ਤਾਂ ਪੜਿਆ ਕਰ ਗੂਏ ਸੇ ਕੋੜੇ ਸੇ ਮਾ ਸੇ ਕੋੜੇ ਵੀ ਆਏ ਕੋੜੇ ਕਿੰਨੀ ਵੱਡੀ ਗੱਲ ਹੈ ਅੱਜ ਕੱਲ ਕੋੜੇ ਵੀ ਨਹੀਂ ਚੰਨੇ ਹਾਂ ਅੱਜ ਕੱਲ ਕੋੜੇ ਯਾ ਨਹੀਂ ਅੱਛਾ ਨਾਲ ਕੀ ਆਂਦਾ ਨਹੀਂ ਫਿਰ ਸਾਰੇ ਵਾਸਤੇ ਕੋਈ ਬਰੀ ਸ਼ਰੀ ਆਈ ਬਰੀ ਕੌਣ ਦੇ ਆਂ ਕਿਹਾਂ ਨਾ ਕੱਖਿਤ ਪਾਪਾ ਕੱਲਾ ਆਈ ਆਏ ਉਹ ਉਹ ਕੱਲਾ ਆਇਆ ਕਪੜੇ ਛਪੜੇ ਨਹੀਂ ਆਉਂਦੇ ਕਪੜੇ ਨਿਸਾਂਦੇ ਕਪੜੇ ਜਿਹੜੇ ਨਵੇਂ ਨੇ ਉਹ ਤੇ ਕੌਣ ਦੇਏ ਕਪੜੇ ਕਿਹਾਂ ਸੱਸ ਨਹੀਂ ਸੀ ਹੈ ਸੱਸ ਦਾਦੀ ਉਸ ਰਾਤ ਉਹ ਮੈਂ ਲਾਇਆ ਨਾ ਉੱਤੇ ਲਾਇਆ ਫਿਰ ਮਾਉ ਕੋ ਨਹੀਂ ਆਚੀ ਠੀਕ ਸ ਅੱਛਾ ਲੇ ਤੂੰ ਡੋਲੀਏ ਮੂਰੀ ਨਾਲ ਲਿਆਗੇ ਤੇ ਉੱਤੇ ਪੇਕੇ ਰਿਆ ਮੈਂ ਚੁ ਗਿਆ ਕਿਨੇ ਚੀ ਤੱਕ ਉਤਰਿਆ ਦੋ ਤਿੰਨ ਪੰਜ ਕੋਈ 10 ਦਿਨ ਰਹੀ ਸੋਸਾਂ ਜੇ ਬੇ ਉਸੋ ਗਿਆ ਜੀ ਪੰਜਾਬ ਤੇ ਮੈਂ ਮਾਉ ਕੋਲ ਬਸ ਅੱਛਾ ਇਹ ਪੰਜਾਬ ਕੰਮ ਕਰਨ ਸੇ ਬਾਬਾ ਹੋਰ ਕੀ ਕੀ ਬਤਾ ਅੱਛਾ ਇਹ ਵੀ ਨਹੀਂ ਸੋਦਾ ਫੇ ਉਹ ਉਹ ਕਰ ਬਾਬਾ ਤਾ ਮਨ ਲਉਣ ਗਿਆ ਨਾ ਉਹ ਕਰ ਬਾਹਰ ਆਇਆ ਗੀ ਗੀ ਕਹ ਰਹੂ ਨਾ ਆਇਆ ਨਾ ਮੈਂ ਸਮਝਿਆ ਸਸ ਤੂੰ ਸੇ ਨਾ ਆਇਆ ਤੇ ਉਧਰ ਆਏ ਹਾਂ ਉਹ ਉਧਰ ਆਏ ਤਾਂ ਮੈਂ ਕਿਹਾ ਤੇ ਜੰਮੂ ਨਹੀਂ ਮਿਲੀ ਹਾਂ ਉਹ ਕੈਂਪੇਚ ਕੈਂਪੇਚ ਨਗਰ ਟੇ ਕੈਂਪੇਚ ਅੱਛਾ ਮਾਤਾ ਚਲੋ ਗਰਲਸ ਨਾ ਪਿਛਲੀ ਤਾਂ ਬੜੀ ਕਮਾਲ ਨਹੀਂ ਜਦੋਂ ਇਹ ਭਾਨ 2347 ਨਹੀਂ ਹਾਂ ਤਾਂ ਫਿਰ ਤੂੰ ਉਸ ਘਰ ਕੱਲੇ ਸੀ ਆ ਉਹ ਕੱਲੇ ਨੂੰ ਮੈਂ ਕੁੱਨਦਾ ਫਿਰ ਤੁਸੀਂ ਰੋਲ ਪਈ ਜਾ ਆ ਉਸ ਜੀ ਨਾਲ ਬਾਤ ਮਾਓ ਕਿ ਅੱਛਾ ਮਾਏ ਪਿੱਛੇ ਰਹਿ ਕਾਹਨੋਂ ਬੜਾ ਸਾ ਫੌਜ ਫੌਜਾਂ ਗਈ ਗਈ ਤਾਂ ਇਹ ਲੈ ਬੱਲੀਆ ਬੰਦਾ ਇਹ ਜਦੋਂ ਸਰਾ ਉਹ ਲੈ ਖਸੀ ਰਾਤੀ ਕੰਨ ਮੈਲੀ ਮੁਲੀ ਰੌਂਦੇ ਆ ਆ ਖਾ ਰਾਇ ਸੇ ਯਾ ਇਸੇ ਮਾਰ ਲੰਬੜ ਲੋਗ ਮਾਰ ਲੈ ਮਾਰ ਰੋਏ ਮਾਰ ਮਾਰ ਜੋਰ ਸਿੰਘ ਆਸੇ ਮਾ ਵਾ ਜਰਟੀਆਂ ਤੇ ਪਕਾਈ ਆਂ ਜਿਓ ਮਾਂ ਵੇਖ ਸਪਤ ਉਸਾ ਕੁਲ ਬਣਾਣਾ ਸਰੋਜੀ ਸਰੀਆਂ ਤਾਂ ਤਾਫੇ ਚ ਪਿਆ ਜਾਂਦਾ ਜੋਰ ਸਿੰਘ ਦਾ ਮੁੰਡਾ ਹੂੰ ਅਰਥਾ ਕਾਸਾ ਚ ਤੇ ਪਿਓ ਮਰੀਏ ਤੁਸੀਂ ਪਿਛੇ ਜਾਓ ਅੱਤ ਵਾਰਾਂ ਮੈਂ ਮੰਗ ਲਈ ਬਾਊਜੀ ਇਹ ਚ ਕੀ ਖੱਲਿਆ ਆ ਬੱਚਾ ਭੁੱਖੇ ਨੇ ਨਹੀਂ ਜੂਟੀ ਸਕਨੇ ਹਮ ਅਮਾ ਦੋ ਰੋਟੀਆਂ ਤਾਰ ਰੋਟੀਆਂ ਮਣ ਨਿਕਰ ਦਿੱਤੀਆਂ ਆ ਬਾਊਜੀ ਇਹਨੇ ਤੁਮ ਤੁਮ ਦਿਆ ਖਾਈ ਜਾ ਚੁਣ ਦੂਲਾ ਦੂਲਾ ਲਿਗ 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 ਨਾ ਮਲੇ ਬਾਤ ਸੁਜੀ ਸੁਜੀ ਇਹ ਤਾਂ ਬਣੀਏ ਮੈਂ ਮੈਂ ਮਾ ਮਾ ਆਸਬੋਖ ਖਨ ਨਾ ਦੁੱਲਣ ਥੀ ਮੱਲੀ ਮੱਲੀ ਤਾਂ ਵੇਜਨੀ ਨੀ ਹਾਂ ਆਂ ਵੇਜੀ ਇਥੇ ਮਾਰੂਗੇ ਨੀ ਬਾਹਲੇ ਬਸਾਂ ਮਜ਼ਮਨ ਕਾਫੂਰ ਚ ਦੀਏ ਦਿਆ ਹਾਂ ਕਾਫੂਰ ਚ ਦੀਏ ਦਿਆ ਉਹ ਮੁਸਲਮਾਨ ਚੰਗੇ ਸੇ ਬਤ ਤੁਸੀਂ ਕਾ ਦਸੀਦੇ ਨਾ ਆਹੋ ਔਰ ਮੁਸਮਾਨ ਬੰਦੂਕਾਂ ਨਹੀਂ ਰੱਖੇ ਸੇ ਪਾਦਾ ਦੂਵੇ ਆਏ ਨਾ ਅਕਬਰ ਕੀ ਆਹ ਆਹ ਦੇਰ ਦੇ ਬਦਮਾਸ਼ਾ ਉਹ ਨਾ ਨੀ ਓਏ ਮਚਾਈ ਕਵਾਲੀਆਂ ਆਹੋ ਇੱਕ ਕੀ ਰਾਂਜੀ ਦਾ ਥੱਲੇ ਥੱਲੇ ਦੀ ਗੋਦਸਾ ਦਰਹਨੇ ਖਾਂਦ ਹੋਇ ਸੀ ਹਾਂ ਉਹਨਾਂ ਕੋਲ ਅਸੀਂ ਇੱਕ ਕੁੜੀ ਆਤੀ ਅੱਛਾ ਅੱਛਾ ਜਿਹੜੀ ਕੁੜੀ ਮਹਸਤਾਰ ਮੈਂ ਅੱਛਾ 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 ਉਹ ਹੋਣਾ ਫਿਰ ਸਾਰਾ ਕਾਫਲਾ ਉਸਕਾ ਠਾ ਆਇਆ ਕਾਲ ਮੇ ਬੂਕ ਸਾਰਾ ਦੇਖਿਆ ਨਹੀਂ ਨਾ ਨਸੋ ਨਸੋ ਹਾਂ ਨਸੋ ਨਸੋ ਉਸ ਤੇ ਆਪਣੇ ਸਾਰਾ ਪਰਿਵਾਰ ਇਕੱਠਾ ਆਇਆ ਕਾਛਾ ਕਿ ਮੇ ਮਾਂ ਮਾਹੀ ਦਾ ਮਾਰਾ ਪਲਾਵਾ ਸਭ ਪਰ ਆਦਸਾ ਟੰਗਿਆ ਹਾਂ ਹਾਂ ਤਾਂ ਨਾ ਆ ਗਿਆ ਜਦਾ ਪੱਥ ਤਾਂ ਉਹ ਪੱਥ ਜਿੰਨੇ ਛੋੜਿਆ ਗਿਆ ਤੋਂ ਲੀ ਫੇ ਰਣੀ ਗਲੀ ਮਾਲੂਨ ਯਹੀ ਤੇ ਭਰਾ ਮੈਂ ਉਹ ਤਾਂ ਪੱਤਰ ਛੋੜਿਆ ਮੈਂ ਪਾਉ ਗੋਲੀ ਲਈ ਸੀ ਕੱਛੇ ਲੱਜੀ ਸੀ ਪੈਸੇ ਮੈਂ ਕੋੜਿਆ ਲਈ ਉਹ ਸੰਗੇ ਚੜਿਆ ਨਾ ਪਹਾਨ ਤੇ ਕੋੜਿਆ ਲਈ ਕੋਈ ਟਿੱਕਨੀ ਗੱਛਾ ਬੋਲੀ ਤੇ ਕੋੜੀ ਕੰਮ ਨਹੀਂ ਕੰਮ ਨਹੀਂ ਉਪਰਾਈਦਾ ਭਰਾ ਮਰਾ ਘਰ ਰਹਿਣ ਸਦਾ ਉੱਠਿਆ ਉਹ ਧਿਆਨ ਨਾਲ ਪਹਿਲੇ ਬਾ ਮਮਲੀ ਇਹਨ ਬੱਚਾ ਪੂਨ ਨਿਕਲ ਲੰਗਾ ਛੁੱਟੀ ਆਸ ਭੈਣਾ ਜਿਹਾ ਸੀ ਤੇ ਭਾਦ ਦਿਖਾ ਰੋਣ ਲਾ ਮਾਂ ਮਾਂ ਬੀ ਤੂੰ ਕਿ ਛੋੜੀ ਨਹੀਂ ਕੇਨੀ ਆ ਮਰਿਆਂ ਦੋ ਮਰਿਆਂ ਇੱਕ ਖੇਛਣ ਦਾ ਮੈਂ ਪੜਾਉ ਬਸ ਵੋ ਜੀ ਨਹੀਂ ਲਿਖੀ ਅੰਦਰ ਕੋਣ ਆਕੁਣ ਚੁਕੀ ਕੋ ਨਾਲ ਕੇਛੂ ਇੱਕ ਹਾਂ ਇਹ ਤਾਂ ਛੇ ਫਿਰ ਉਹਨਾ ਆ ਗਿਆ ਤੁਸੀਂ ਫਿਰ ਆਂਦੇ ਹਾਂ ਜਦ ਜੇ ਤਾਂ ਮੈਂ ਕੋ 파ੜਿਆ ਤਾਂ ਉਹ ਤਾਂ ਮੈਂ ਅਤਰ ਨਹੀਂ ਹੋਲੀ ਪਾਉ ਟੰਗ ਨਹੀਂ ਆ ਪਰ ਅਤਰ ਮੈਂ ਅਸਰ ਮੋਨ ਲਿਆ ਪਾਣੀ ਛੋੜਿਆ ਪਰ ਇਤਕ ਕਿੰਮੇ ਤੁਹਾਡੇ ਪੁੱਜੇ ਪੁੱਛ ਬਸ ਨਹੀਂ ਦਿੱਕੇ ਲਿਕੇ ਨੋਟੇ ਲਿਖ ਦਸਿਆ ਰਾਤੀ 1 ਵਜੇ 2:00 13:10 ਹੋਛ ਪੁਦੀਆ ਇਤਵਰਾ ਕੀ ਕਤ ਨਾ ਦਾ ਇ ਉਹਨੇ ਬਲਬਲੇ ਖਿਚੜੀਆਂ ਤੇ ਥਾਂ ਸਜਾ ਤਾਂ ਲੋਗਾ ਉਹਨਾਂ ਬੀ ਸੁ ਸੁਣੀ ਨਾ ਦਾ ਖਾ ਲਿਆ ਖਾ ਛੋ ਲਿਆ ਫਿਰ ਅਸ ਜਨ ਕੀ ਖਾ ਫਿਰ ਉਤਾ ਪੁੱਛ ਰਿਆ ਉਥੇ ਰਿਆ ਉਤਾ ਕੋ ਕਮਰਾ ਕਮਰਾ ਲੱਭਾਇਆ ਨਾ ਨਹੀਂ ਸੋਹਰਾ ਦਾ ਕਮਰਾ ਬਲਕਨ ਸਾ ਮਸਮਣੇ ਦਾ ਕਮਰਾ ਲੱਭਣ ਸਾ ਤਾਂ ਹੇ ਮਰਾ ਮਾ ਮੀ ਉੱਥੇ ਐਸਾ ਉਸਨੇ ਤਾਂ ਬਾਰੋਂ ਤਸਾ ਐਂਸਾ ਤਾਂ ਉਤਾ ਗਰਸਣਾ ਫਿਰ ਇਹ ਬ੍ਰਿਗੇਡਰ ਪ੍ਰੀਤਮ ਸਿੰਘ ਆ ਉਹਨੇ ਹਾਸ ਕੱਢਿਆ ਉਹ ਆਨੜਾ ਮਾਈ ਜੀ ਉਹ ਗਿਆ ਉਹ ਰਾਖ ਪੁੱਠੇ ਗਿਆ ਉਹ ਰਾਖ ਉਹ ਆ ਪੰਜਾਬੀਆਂ ਪਤਾ ਵੀ ਹੋਰਾਂ ਚੰਗਾ ਘੁਟਰੇ ਜੋ ਤੁਸੀਂ ਦੇਖਿਆ ਨਸ ਆਹ ਦੇਖਿਆ ਨਸ ਚੱਲਾਂ ਬਾ ਆਹ ਚੱਲਾਂ ਮਾ ਆਹ ਉਸ ਤੋਂ ਬਾਅਦ ਕੋਟੇ ਮਾਚੂ ਖਸਾਇਆ ਮਾਚੂ ਖਸਾਇਆ ਹੋਰ ਖੁੱਟੇ ਜੁਨਿਆ ਜੰਮੂ ਹਾਂ ਜੰਮੂ ਨਾ ਮਾ ਅੱਲਾਇ ਮਹਰਾ ਪਰ ਗਿਆ ਠੀ ਵਸ ਤਾਂ ਸੇ ਵਸੇ ਚੋ ਪਰ ਜੰਮੂ ਆਉਣੇ ਦਾ ਦੇਰ ਹੋਰ ਤੋਂ ਉੱਤਰ ਪਰ ਪੱਥਰ ਲਾਈ ਨੀਟਨ ਆਇਦਾ ਉਹ ਥੋੜਾ ਟੀਪ ਕੋਈ ਬੰਦੇ ਦੋ ਤੂੰ ਕਿਹਾ ਤੂੰ ਕਿਹਾ ਇਹ 18 ਅਗੇ ਸੀ ਨਾ 28 ਤਰੀਕ ਹਾਂ ਤੁਹਾਡੇ ਬੇਟੀ ਮੇ ਇਨੀ ਲਾਸਾ ਡਿਊਟੀ ਇਹ ਤੂੰ ਕਿਹਾ ਨੀ ਇਹ ਲੈ ਉੱਤਾ ਸਾੜੇ ਕਰ ਜਿਹੜਾ ਪ੍ਰੀਤਮ ਸਿੰਘ ਤਾਂ ਪ੍ਰੀਤਮ ਸਿੰਘ ਬ੍ਰੇਡਰ ਪ੍ਰੀਤਮ ਸਿੰਘ ਨੇੜਾ ਮੁੰਡਾ ਇਹ 28 ਤਰੀਕੇ ਲਈ ਮੇਰੇ ਕੋਲ ਇੱਥੇ ਹਾਂ ਜੀ 28 ਤਰੀਕਾ ਮੈਂ ਤੁਸੇ ਨੂੰ ਕਮਲਾਸਾਂ ਪੱਕਾ ਇਹ ਉਹਨੇ ਕਹ ਸੁਣਾਇਆ ਹਾਂ ਉਹਨੇ ਕਹ ਸੁਣਾਇਆ ਹੈ ਤੇ ਤੁਹਾਡਾ ਪਾਪਾ ਅਨਸੋਰਾ ਉਰਿਆ ਕੁੱਟਾ ਜੁੱਲੇ ਉੱਤੇ ਜੰਮ ਠੀਕ ਹੈ ਮੈਂ ਤੁਸੇ ਪੱਕਾ ਕਰਸਾ ਮੇਰੀ ਡਿਊਟੀ ਲਾਸਾਂ ਤੁਸੇ ਖੜਲੇ ਪੱਕਾ ਹਾਂ ਠੀਕ ਹੈ 28 ਤਰੀਕਾ ਉਹਨੇ ਉਹਨੇ ਚਾਰਿਆਂ ਦਾ ਜਾਇਆ ਦਾ ਉਹਨੇ ਚਾਰਿਆ ਉਹਨੇ ਜਾਇਆ ਮਾਂ ਉਹਨੇ ਬਚਾਇਆ ਤੁਸੇ ਭੁੱਲ ਜਾ ਔਰ ਉਹਨੇ ਹੋਰ ਚਾਰਿਆਂ ਦਾ ਜਾਇਆ ਚਰਾ ਮਾਈ ਚੜ ਚੜ ਦੇ ਸੇ ਹਾਂ ਤੇ ਮੁੰਜਾ ਪੂਰਾ ਕੁੱਟ ਹੋਰ ਕੁੱਟਾ ਅੱਛਾ ਅੱਛਾ ਗੱਲ ਸੁਣਾ ਤੈ ਉਹਨਾ ਫਿਰ ਜੰਮੂ ਆਇਆ ਕਿ ਤੱਕ ਰਿਆਣੀ ਇਹ ਨਾ ਰੁਸੇ ਸਿੱਧਾ ਨੋਟੇ ਕੈਂਪ ਹੈ ਕਿਨਾ ਚਿਰ ਰਿਹਾ ਹੁੰਦਾ ਹੋਰ ਤੋੜਾ ਸਾਲ ਪੂਰੇ ਰਿਹਾ ਉਹ ਤੰਬੂਚ ਆ ਤੰਬੂ ਮਾੜੇ ਮਾਵਨ ਸਾ ਅਸ ਗੱਚੀ ਦਾ ਜੀਨੇ ਰਾਂ ਤਾੜ ਟੂੜ ਕਪੇਣਾ ਆ ਛੱਪਦੇ ਬਣਾਇਦਾ ਅੱਛਾ ਆਪਣੇ ਬਣਾਇਦੇ ਹਾਂ ਆਪ ਬਣਾਇਦਾ ਇੱਕ ਟੂੜਾ ਤੇ ਸਟਰੋਸਾ ਉਹਦਾ ਗੈਸਾ ਮਾਰ ਗਿਆਸਾ ਨਹੀਂ ਮਤਾ ਉਹ ਰਾਸ਼ਨ ਲਪਨਾ ਸ ਹੈ ਰਾਸ਼ਨ ਲਪਨਾ ਸ ਤੇ ਮੁਡੀ ਉਹਦਾ ਉਹ ਵਜ ਆਇਆ ਗਿਆ ਹੀ ਬੜਾ ਸਾਨ ਲਗਦਾ ਉਹ ਕੁੜਿਆ ਗਿਆ ਕਿਸ ਕੋਲੋਂ ਮਮਾ ਬੈਣੀ ਆਨਿਆ ਦੋ ਕੁੜੀਆਂ ਜਿਹੇ ਪਾਤੀ ਇਹ ਆਪਣੀ ਕੁੜੀ ਹਮ ਕਿਹੜੀ ਚਲਸੀ ਵਲੇ ਦਿੱਤੀ ਅਹੋ ਸੁਰਜੀਤੇ ਨਹੀਂ ਮਾ ਆਹੋ ਦਰਸ਼ੀ ਮਾਸੀ ਉਹ ਨਹੀਂ ਉਹ ਦਿੱਤੀ 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 ਆਹਾਂ ਉਹ ਪਾ ਭਾਜੀ ਦੀ ਇੰਨੇ ਨਹੀਂ ਅੱਛਾ 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 ਮੈਂ ਤੂੰ ਸਾਡਾ ਬੜਾ ਇੰਨੇ ਨਾ ਬਿਆਹ ਚਾਹਿਆ ਸਾ ਇਹ ਕੇ ਬਾਜੀ ਨੇ ਬੜਾ ਬੜਾ ਸੁਰੇਂਦਰ ਸਿੰਘ ਬੰਬੇ ਬਲੇ ਉਹ ਪਤਰੀਆ ਦਾ ਨਹੀਂ ਸਕਾ ਨਾਨਕ ਦਾ ਡੈਥ ਹੋਈ ਨਾਨਕ ਜਿਹੜੇ ਇਹ ਪਤਰੀਆ ਹਰਵੰਸ ਸਿੰਘ ਹੋਰ ਨੂੰ ਭਾਂਜਦੇ ਮ ਸਕੇ ਹਰਵੰਸ ਸਿੰਘ ਹਰਵੰਸ ਸਿੰਘ ਚੱਠੇ ਵਾਲੇ ਮਿਨਿਸਟਰ ਸੇ ਨਹੀਂ ਨਹੀਂ ਉਹ ਨਹੀਂ ਉਹ ਨਹੀਂ ਸੁਰਿੰਦਰ ਬੰਬੇ ਵਾਲੇ ਬੰਬੇ ਵਾਲੇ ਸੁਰਿੰਦਰ ਸਿੰਘ ਬੰਬੇ ਵਾਲੇ ਸੁਰਿੰਦਰ ਸਿੰਘ ਆ ਹਨਾ ਮੇਰੇ ਤੁਸੀ ਉਹਨਾਂ ਨਾਲ ਸਰਜੀਤ ਸਿੰਘ ਉਹ ਵੀ ਬੰਬੇ ਆਣੇ ਉਹਨੇ ਕਹੋ ਸਰਜੀਤ ਸਿੰਘ ਆਣੇ ਮੇਰੇ ਤੁਸੀਂ ਰੇਸ ਸਿੰਘ ਦਾ ਪੁੱਤ ਕੋਠੀਆਲ ਦੇ ਕੋਠੀਆਲ ਕੋਠੀਆਲ ਮੈਂ ਵੀ ਆਹ ਹਾਂ ਤੁਸੀਂ ਕੋਠੀਆਲ ਨਹੀਂ ਆ ਉਹ ਸੁਰਿੰਦਰ ਸਿੰਘ ਮੈਂ ਤੇ ਸਾਡੀ ਆਂਟੀ ਚੀਤੀ ਆਂਟੀ ਬੱਡੀ ਦੇ ਸਭ ਆਹ ਨਹੀਂ ਇਹ ਬੜੀ ਦੇ ਦੀਦੀ ਦੀਦੀ ਬੜੀ ਦੇ ਛਾੜੇ ਦੂਏ ਨੰਬਰ ਨਹੀਂ ਕੁੜੀ ਨਹੀਂ ਸਿੰਪਲ ਹਾਂ ਚੀਚੇ ਮੜੀ ਆਹਾਂ ਹਾਂ ਉਹਨਾਂ ਨੇ ਸੋਹਰੇ ਨਾਲ ਕਿਹਾ ਉਸਾ ਉਹ ਜੰਝੀ ਉਹ ਮੇਰੇ ਦਾਦਾ ਜੀ ਹਾਂ ਹਾਂ ਬਸ ਉਹਨੇ ਕਰਿਆ ਨੇ ਕੰਨੇ ਰੇ ਨੇ ਸਿਆਸ ਉਹਨੇ ਕਰਿਆ ਨੇ ਕੰਨੇ ਹੋਣਾ ਸਾ ਰਾਮ ਸਿੰਘ ਦੁਖੀਆ ਹਾਂ ਤੇ ਸ਼ੇਰ ਸਿੰਘ ਉਹਨਾ ਕਰ ਹਾਂ ਕੋਈ ਨਾ ਅੱਗੇ ਹੁਣ ਸੈ ਲੈਕ ਸਿੰਘ ਉਹਨਾ ਕਰ ਲੈਕ ਸਿੰਘ ਸਾ ਮੇਰੇ ਦਾਦੇ ਨਾਲ ਅੱਛਾ ਆ ਉਹ ਤਾਂ ਨਾਲ ਹੀ ਸਕੂਠੀ ਆਲਦੇ ਆ ਸਕੂਠੀ ਆਲ ਅੱਛਾ ਤੂੰ ਜਿਮੀ ਇੱਥੇ ਇੱਥੇ ਲੱਭੀ ਇਹ ਜੇ ਲੱਭੀ ਮੰਗੂ ਚੱਕ ਰੱਬੀ ਮੰਗੂ ਚੱਕ ਵੀ ਆ ਉਹ ਚੰਨੋ ਰੋ ਸਜਾ ਇੱਕ ਟੋਟੇ ਟੋਟੇ ਸੀ ਤੁਹਾਡੇ ਕੋਲ ਹਾਂ ਤਾਂ ਫਿਰ ਉਹ ਕਰਨਾ ਕੋ ਪਾਪਰ ਕਰਨੇ ਰੇ ਨਹੀਂ 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 ਮੰਗੂ ਚੱਕ ਨਹੀਂ ਸੀ ਉਹ ਪੰਡੇਦਾਰੇ ਦਾ ਸੰਤਾਨਾ ਹਸਾ ਉਹਨੇ ਨਾ ਉਹਨੇ ਕ ਦਿੱਤੀ ਨਹੀਂ ਸੀ ਹਿੱਸੇ ਤੇ ਨਹੀਂ ਤੁਹਾਡੇ ਪਿਤਾ ਜੀ ਉਹ ਰੋ ਕੰਮ ਕਰਨ ਸੀ ਉਹ ਸੜਾ ਹੋਟਲ ਦਾ ਦੁਕਾਨ ਸੀ ਇੱਥੇ ਹੀ ਥੱਲੇ ਜਿਹੜਾ ਪੂਲ ਬਣਿਆ ਨਾ ਨਾ ਆਹੋ ਉਹ ਪੂਲਾ ਕੋਲ ਸੜੀ ਦੁਕਾਨ ਸੀ ਮੇਰਾ ਪੀਪਲ ਪੀਪਲ ਮੋਟੇ ਨਾਲ ਸੜੀ ਦੁਕਾਨ ਸੀ ਅੱਛਾ ਪਾਪਾ ਨੂੰ ਤਾਂ ਇਹ ਕਰਨੇ ਤੇ ساری ਉਮਰ ਨਹੀਂ ਪਹਿਲੇ ਇਸ ਤਰ੍ਹਾਂ ਬੱਕਰੇ ਬੁਕਰੇ ਆਂਦੇ ਆ ਬਿਜ਼ਨਸ ਬਪਾਰ ਸਾਂ ਬਿਜ਼ਨਸ ਆ ਹੁੰਨੇ ਨਾ ਬਾਅਦ ਵਿੱਚ ਜਿਹੜਾ ਥੋੜੇ ਬੰਕੇ ਏਜ ਹੋ ਗਈ ਉਹਨਾਂ ਨੇ ਫਿਰ ਇਸ ਤਰ੍ਹਾਂ ਦੁਕਾਨ ਕਰਨੇ ਨੇ ਅੱਛਾ ਜੀ ਤੇ ਇਹ ਤੂੰ ਸਾਬੇ ਜ਼ਿੰਮੇਵਾਰੀ ਫਿਰ ਆਪੀ ਕਰਨੇ ਸਿਆ ਆਨ ਵੀ ਕਰਨੀ ਸੀ ਸਾਬੀ ਐ ਸਾਡੀ ਤੁਹਾਡੇ ਬੱਚੇ ਕਿੰਨੇ ਅੱਗੇ ਬੱਚੇ ਤੇਰਾ ਸੇ ਤੇਰਾ ਮੇਰੀ ਖਤਮ ਹੋ ਗਈ ਐ ਮੇਰੀ ਤਰਾ ਬੇਟੇ ਦਾ ਬੇਟੀਆਂ ਵੀ ਤਰਾ ਹਾਂ ਤਿੰਨ ਬੱਚੀਆਂ ਸੀ ਹਨਾ ਤਿੰਨ ਬੱਚੇ ਅੱਛਾ ਅੱਛਾ ਚਲੋ ਚਲੋ ਇਹ ਮਾਲਕ ਦਾ ਹੁਕਮ ਹੈ ਜੀ ਹੈ ਤੇ ਹੁਣ ਤੁਸੀਂ ਇੱਥੇ ਰਹਿਣੇ ਥਾ ਚਲੋ ਜੀ ਇਹ ਵੀ ਉਹ ਹੈ ਅੱਛਾ ਆਂਟੀ ਤੁਸੀਂ ਤੁਸੀਂ ਇੱਥੇ ਨਾਲੀ ਰਹਿਣੇ ਨਹੀਂ ਮੈਂ ਬੰਬੇ ਰਹਿਣੀ ਅੱਛਾ ਤੁਸੀਂ ਇਸ ਤਰ੍ਹਾਂ ਆਇਨੇ ਤੇ ਮੈਂ ਮਾਇਏ ਬਿਮਾਰ ਸੀ ਇੰਨੇ ਨੇ ਕਰਿਆ ਅੱਛਾ ਮਾਤੋਂ ਨੇ ਕਰਿਆ ਆ ਜੀ 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 ਅੱਛਾ ਅੱਛਾ ਚਲੋ ਠੀਕ ਹੈ ਕੁਝ ਇਕੱਠਾ ਆਇਆ ਅੱਛਾ ਇਹ ਹੋ ਗਿਆ ਇਹ ਜਿਹੜੇ ਇੰਨੇ ਨੇ ਦੇ ਇਹ ਛੋਟੀ ਹੈ ਸਭ ਕੁਛ ਛੋਟੇ ਜੀ 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 ਤਾਂ ਵੱਡੇ ਵੀ ਸੁਖੀ ਨੇ ਮੰਮੀ ਨਹੀਂ ਮੇਰੇ ਬ੍ਰਦਰ ਤੋਂ ਵੱਡੇ ਸੇ ਮੇਰੇ ਤੋਂ ਉਹ ਸੈਂਟਰ ਲਈ ਉਹ ਸੈਂਟਰ ਚਾ ਉਹ ਸੈਂਟਰ ਵਾਲੀ ਦੀ ਉਹ ਮੇਰੇ ਤੋਂ ਛੋਟੀ ਹੈ اچھا 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 ਚਲੋ ਜੀ ਠੀਕ ਆ ਬੱਚੀਆਂ ਕੋਲ ਬੈਠੇ ਨੇ ਆ ਫਰਸਟ ਕਲਾਸ ਆਪਣੇ ਬੜੀ ਵਧੀਆ ਕਹਾਣੀ ਤੁਹਾਡੀ ਬੜੀ ਲੰਬੀ ਦੀ ਬੜੇ ਦੂਰਾ ਸ਼ੁਰੂ ਹੋਈ ਤੇ ਅੱਛਾ ਗੱਛੇ ਕੋਈ ਦਿਲ ਕਰ ਰਹਾ ਹੈ ਕੱਛਿਆ ਉਧਰ ਕੁਟੜਾ ਉਧਰ ਕੋਣ ਕਰ ਰਹੇ ਨਹੀਂ ਜੁਲਾ ਕੋਈ ਅਗਰ ਕੋਈ ਜੁਗੜ ਬਣੀ ਅੱਛੇ ਤੇ ਐਂਜੂੜਾ ਮੈਂ ਮੋਰ ਦੇਖਿਆ ਤੈਨੂੰ ਗੇਲਿਆ ਗਤ ਪ੍ਰੋਗਰਾਮ 1947 ਦਾ ਸੰਤਾਪ ਆਪ ਜੀ ਦੇਖ ਰਹੇ ਸੀ ਹਰ ਇੱਕ ਬਜ਼ੁਰਗ ਦੀ ਆਪੋ ਆਪਣੀ ਕਹਾਣੀ ਹੈ ਸੱਚਮੁੱਚ ਅੱਜ ਸਾਡੇ ਸਿਰਾਂ ਦੇ ਉੱਤੇ ਜੇ ਆਲੀ ਸ਼ਾਨ ਕਰਨੇ ਅਸੀਂ ਸੁੰਦਰ ਇਸ ਵਕਤ ਸੰਸਾਰ ਦੇ ਜਿਹੜੇ ਸੁੱਖ ਭੋਗ ਰਹੇ ਹਨ ਸਾਰਿਆਂ ਦਾ ਸਿਰ ਐਨਾ ਬਜ਼ੁਰਗਾਂ ਦੇ ਸਿਰਾਂ ਤੇ ਹੈ ਲੰਬਾ ਸਮਾਂ ਇਹਨਾਂ ਨੇ ਆਪਣਾ ਨਕਰੋਟੇ ਦੀ ਉਸ ਗਰਮੀ ਦੇ ਵਿੱਚ ਰਾਤਾਂ ਬਿਤਾਈਆਂ ਉਸ ਤੋਂ ਬਾਅਦ ਹੱਟ ਪੰਨੀ ਮਿਹਨਤ ਜ਼ਿੰਮੇਦਾਰੀ ਦੁਕਾਨਦਾਰੀ ਜਿਸ ਤਰ੍ਹਾਂ ਮਾਤਾ ਜੀ ਨੇ ਦੱਸਿਆ ਕਿ ਪਿਤਾ ਜੀ ਜਿਹੜੇ ਨੇ ਵਪਾਰ ਉਸ ਦੇ ਨਾਲ ਨਾਲ ਦੁਕਾਨਦਾਰੀ ਬਹੁਤ ਜ਼ਿਆਦਾ ਮਿਹਨਤ ਕਰਕੇ ਇਹਨਾਂ ਨੇ ਆਪਣੇ ਬੱਚਿਆਂ ਦਾ ਪਾਲਣ ਪੋਸ਼ਣ ਕੀਤਾ ਸੋ ਸਾਧ ਸੰਗਤ ਇਸੇ ਤਰ੍ਹਾਂ ਹਰ ਇੱਕ ਬਜ਼ੁਰਗ ਦੀ ਆਪੋ ਆਪਣੀ ਕਹਾਣੀ ਹੈ ਆਪ ਜੀ ਦੇ ਸਨਮੁਖ ਲਿਆਉਣ ਦਾ ਨਿਮਰਤਾ ਜ ਸਾਡਾ ਇੱਕ ਯਤਨ ਹੈ ਤਾਂ ਕਿ ਕਿਸੇ ਨਾ ਕਿਸੇ ਢੰਗ ਨਾਲ ਆਉਣ ਵਾਲੀ ਜਨਰੇਸ਼ਨ ਆਪਣੇ ਬਜ਼ੁਰਗਾਂ ਦੀ ਇਸ ਮਿਹਨਤ ਨੂੰ ਜਿਹੜੀ ਸੀ ਉਹ ਜਾਣ ਸਕਣ ਨਾਲ ਹੀ ਨਾਲ ਮਾਤਾ ਜੀ ਨੇ ਜ਼ਿਕਰ ਕੀਤਾ ਹੈ ਜਿਸ ਸ਼ਖਸੀਅਤ ਦਾ ਬਰਗੇਡੀਅਰ ਪ੍ਰੀਤਮ ਸਿੰਘ ਸੱਚਮੁੱਚ ਇਹ ਉਹ ਸ਼ਖਸੀਅਤ ਨੇ ਜਿਨ੍ਹਾਂ ਦੀ ਬਦੌਲਤ ਇਹ ਬਜ਼ੁਰਗ ਸਾਡੇ 40000 ਅੱਜ ਜੰਮੂ ਕਸ਼ਮੀਰ ਦੇ ਵਿੱਚ ਉਸ ਵਕਤ ਪਹੁੰਚੇ ਅੱਜ ਅਸੀਂ ਸਾਰੇ ਉਹਨਾਂ ਦੀ ਅਨਸਮਾਨਸ ਦੇ ਬਾਰਸ ਹਾਂ ਇਹ ਸਾਰਾ ਸਿਰਾ ਉਸ ਮਹਾਨ ਯੋਧੇ ਦੇ ਸਿਰ ਤੇ ਜਾਂਦਾ ਹੈ ਜਿਸ ਨੇ ਬਹੁਤ ਵੱਡੀ ਕਲਨਾ ਕਲ ਕੇ ਸਾਡੇ ਬਜ਼ੁਰਗਾਂ ਨੂੰ ਉਥੋਂ ਇੱਥੇ ਐਕੁਏਟ ਕੀਤਾ ਉਸ ਮਹਾਨ ਬਜ਼ੁਰਗ ਦੀ ਇਸ ਲਾਸਾਨੀ ਕੁਰਬਾਨੀ ਨੂੰ ਸਮਰਪਤ ਇੱਕ ਵਿਸ਼ਾਲ ਸਤ ਰੋਜਾ ਜਿਹੜਾ ਹੈ ਖੇਡ ਮੇਲਾ ਜਿਹੜਾ ਆਉਂਦੇ ਅਪ੍ਰੈਲ ਦੇ 10 ਤਰੀਕ ਤੋਂ ਲੈ ਕੇ 18 ਤਰੀਕ ਤੱਕ ਮੱਖਣਪੁਰ ਦੇ ਵਿੱਚ ਚੱਲਣਾ ਹੈ ਮੱਖਣਪੁਰ ਗੁਜਰਾ ਨਦੀਕ ਸਿੰਬਲ ਕੈਂਪ ਇਦੇ ਵਿੱਚ ਲਗਾਤਾਰ ਜਿਹੜੀਆਂ ਨੇ ਅਲੱਗ-ਅਲੱਗ ਗੇਮਾਂ ਜਿਹੜੀਆਂ ਨੇ ਜਿਹਦੇ ਵਿੱਚ ਕਬੱਡੀ, ਖੋਖੋ, ਜਿਹਦੇ ਵਿੱਚ ਹੌਕੀ, ਜਿਹਦੇ ਵਿੱਚ ਬੈਡਮਿੰਟਨ, ਮੋਲੀਵਾਲ ਹਰ ਇੱਕ ਵੈਂਟੇ ਦੇ ਵਿੱਚ ਕਰਾਇਆ ਜਾਣਾ ਹੈ ਸਾਈਕਲਿੰਗ ਉਸ ਤੋਂ ਬਾਅਦ 18 ਤਰੀਕ ਇਹਦਾ ਫਾਈਨਲ ਪ੍ਰੋਗਰਾਮ ਹੈ ਇੱਕ ਤੇ ਬੇਨਤੀ ਹੈ ਕਿ ਜਿਹੜੀਆਂ ਜੜੀਆਂ ਵੀ ਟੀਮਾਂ ਜਿਹੜੀਆਂ ਨੇ ਇਹਦੇ ਵਿੱਚ ਚਾਹ ਇੰਡੀਵਿਜੂਅਲ ਇਵੈਂਟ ਦੇ ਵਿੱਚ ਕੋਈ ਭਾਗ ਲੈਣਾ ਚਾਹਦਾ ਉਹ 25 ਮਾਰਚ ਤੱਕ ਸਾਡੇ ਪਾਸ ਸਾਡਾ ਸਲਾਈਡ ਤੇ ਨੰਬਰ ਚੱਲਦਾ ਫੋਨ ਕਰਕੇ ਆਪਣੀ ਰਜਿਸਟ੍ਰੇਸ਼ਨ ਕਰਾ ਲੈਣ ਇਹਦੇ ਵਿੱਚ ਕੋਈ ਐਂਟਰੀ ਫੀ ਨਹੀਂ ਹੈ ਕੁਝ ਨਹੀਂ ਕੇਵਲ ਆਪਣੀ ਜਿਹੜੀ ਹੈ ਤੁਹਾਡੀ ਟੀਮ ਜਿਹੜੀ ਹੈ ਉਹਨੂੰ ਤੁਸੀਂ ਰਜਿਸਟਰ ਕਰਾ ਦਿਓ ਤਾਂ ਕਿ ਅਸੀਂ ਉਹਨਾਂ ਦਾ ਇੱਕ ਵੇਰਵਾ ਬਣਾ ਦਈਏ ਕਿਹੜੀ ਟੀਮ ਦਾ ਮੈਚ ਕਿਦਨ ਹੋਣਾ ਹੈ ਉਸ ਤੋਂ ਬਾਅਦ 18 ਤਰੀਕ ਇਹਦੀ ਜਿਹੜੀ ਕਲੋਜ਼ਿੰਗ ਹੈ ਉਹ ਕਲੋਜ਼ਿੰਗ ਦਾ ਟਾਈਮ ਸ਼ਾਮ ਨੂੰ 4 ਤੋਂ ਲੈ ਕੇ ਰਾਤ 8 ਵਜੇ ਤੱਕ ਜਿਸ ਦੇ ਵਿੱਚ ਵਿਸ਼ੇਸ਼ ਤੌਰ ਤੇ ਬਰਗੇਡੀਅਰ ਪ੍ਰੀਤਮ ਸਿੰਘ ਜੀ ਦੇ بیٹے ਕਰਨਲ ਡੀਪੀ ਸਿੰਘ ਸਾਡੇ ਪਾਸ ਜਿਹੜਾ ਹੈ ਉਹ ਪਹੁੰਚ ਰਹੇ ਨੇ ਉਹਨਾਂ ਦਾ ਪੂਰਾ ਪਰਿਵਾਰ ਪਹੁੰਚ ਰਿਹਾ ਹੈ ਸੋ ਸਮੋਹ ਸੰਗਤ ਜਿੱਥੇ ਤੱਕ ਵੀ ਮੇਰੀ ਇਹ ਸੀਐਸ ਚੈਨਲ ਦੇ ਮਾਧਿਅਮ ਦੁਆਰਾ ਦੇਖ ਦਿਓ ਆਪ ਜੀ ਦੇ ਚਰਨਾਂ 'ਚ ਬੇਨਤੀ ਹੈ ਕਿ 18 ਤਰੀਕ ਨੂੰ ਜਿਸ ਮਹਾਨ ਜੋਧੇ ਦੀ ਬਦੌਲਤ ਸਾਡੇ ਬਜ਼ੁਰਗ ਜਿਹੜੇ ਨੇ ਉਹ ਇਸ ਇਲਾਕੇ ਦੇ ਵਿੱਚ ਸਹੀ ਸਲਾਮਤ ਪਹੁੰਚੇ ਨੇ ਉਹ ਤੇ ਅੱਜ ਇਸ ਦੁਨੀਆ ਦੇ ਵਿੱਚ ਨਹੀਂ ਨੇ ਪਰ ਉਹਨਾਂ ਦੇ بیٹے ਜਿਹੜੇ ਨੇ ਕਰਨਲ ਡੀਪੀ ਸਿੰਘ ਉਹ ਇੱਥੇ ਸਾਡੇ ਪਾਸ 28 April ਨੂੰ ਪਹੁੰਚ ਰਹੇ ਨੇ ਮੱਖਣਪੁਰ ਦੇ ਵਿੱਚ ਬੇਨਤੀ ਹੈ ਜੀ ਵੱਧ ਤੋਂ ਵੱਧ ਉੱਥੇ ਪਹੁੰਚ ਕੇ ਜਿਹੜੇ ਨੇ ਉਹ ਅਸੀਂ ਉਹਨਾਂ ਦਾ ਜਿਹੜਾ ਕੰਮ ਉਹਨਾਂ ਦੇ ਪਿਤਾ ਜੀ ਨੇ ਕੀਤਾ ਹੈ ਜਿੱਥੇ ਉਸ ਨੂੰ ਚੇਤੇ ਕਰਨਾ ਉੱਥੇ ਨਾਲ-ਨਾਲ ਉਹਨਾਂ ਨੂੰ ਵੀ ਜਿਹੜਾ ਹੈ ਉਹ ਇਸ ਸੰਗਤ ਦੇ ਵਿੱਚ ਮਾਨ ਸਤਕਾਰ ਅਸੀਂ ਦੇਣਾ ਸੋ ਨਾਲ ਹੀ ਨਾਲ ਬੇਨਤੀ ਹੈ ਕੋਈ ਹੋਰ ਬਜ਼ੁਰਗ ਕਿਸੇ ਹੋਰ ਕੋਨੇ ਦੇ ਵਿੱਚ ਵੀ ਹੈ ਸਾਡਾ ਸਲਾਈਡ ਤੇ ਨੰਬਰ ਹੈ ਤੁਸੀਂ ਸਾਡੇ ਨਾਲ ਕੰਟੈਕਟ ਕਰੋ ਅਸੀਂ ਉਹਨਾਂ ਨੂੰ ਵੀ ਇਸ ਪ੍ਰੋਗਰਾਮ ਦੇ ਵਿੱਚ ਸ਼ਾਮਲ ਕਰਾਂਗੇ ਦਿਓ ਸਿਸ ਆਖੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ